ਸਾਕੀ ਤੇ ਹਿਰੋਸ਼ੀਮਾ ਦੀ ਕਹਾਣੀ ਮੁੜ ਕੇ ਫੇਰ ਦੁਹਰਾਈ ਜਾਏਗੀ ਤੇ ਸਾਡੇ ਸਿਰਾਂ ਤੇ ਨਿਊਕਲੀਅਰ ਹੋਲੋਕਾਸਟ ਦੇ ਬੱਦਲ ਛਾਏ ਹੋਏ ਨੇ ਇਹ ਲੱਗਦਾ ਹੈ ਕਿ ਜਿਵੇਂ ਇਨਸਾਨੀ ਜੀਵਨ ਕਥਾ ਦੀ ਇਹ ਕਹਾਣੀ ਆਖਰੀ ਕਹਾਣੀ ਨਹੀਂ ਹੋਏਗੀ ਸਾਰੀ ਦੁਨੀਆਂ ਪਰੇਸ਼ਾਨ ਹੈ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਹੜੇ ਪਾਸੇ ਜਾਣ ਕਿੱਥੇ ਅਮਨ ਤੇ ਸ਼ਾਂਤੀ ਲੱਭਣ ਵੱਡੇ ਵੱਡੇ ਮਹਾਂਪੁਰਸ਼ ਸੋਚਾਂ ਵਿੱਚ ਡੁੱਬੇ ਹੋਏ ਨੇ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ ਹੈ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਟੂਡੀਓ ਵਿੱਚ ਅੱਜ ਟੋਰਾਂਟੋ ਦੀ ਜਾਣੀ ਪਹਿਚਾਣੀ ਸ਼ਖਸੀਅਤ ਪ੍ਰੋਫੈਸਰ ਡਾਕਟਰ ਮਦਨ ਲਾਲ ਹਾਂਡਾ ਮੌਜੂਦ ਨੇ ਉਹਨਾਂ ਨੇ ਇਸ ਬਾਰੇ ਕਿਤਾਬ ਲਿਖੀ ਹੈ ਕਿਤਾਬ ਦਾ ਨਾਮ ਹੈ ਮੈਨੀਫੈਸਟੋ ਫਾਰ ਦ ਪੀਸਫੁਲ ਵਰਲਡ ਆਰਡਰ ਇਹ ਕਿਤਾਬ ਆਪਣੇ ਲਿਹਾਜ਼ ਨਾਲ ਇੱਕ ਯੂਨੀਕ ਕਿਤਾਬ ਹੈ ਦੁਨੀਆਂ ਦੇ ਪੀਸ ਦੇ ਸਬਜੈਕਟ ਤੇ ਲਿਖਣ ਵਾਲੇ ਬਹੁਤ ਬੜੇ ਲੇਖਕ ਜੋਹਾਨ ਗਾਲਟੂਨ ਇਸ ਬਾਰੇ ਜੇ ਕਹਿੰਦੇ ਨੇ ਆਈ ਥਿੰਕ This is a very original work, both in form and content, a book certainly deserving to be read by a great number of people in all corners of the world. Dr. Madan Handa puts forward an alternative conception, clearly green as opposed to the outdated blue and red, models of which the book is an indictment. It is one of the boldest efforts to make sense of the thought of Gandhi in the present world order. Professor Saab ne jehdi kitab likhi hai ida main ajkal urdu tarjuma kar reha par is to pehle ki main professor saab nal gal baat karan unhan di is kitab vich punjabi vich unhan di tehreer da hissa pesh karna likhde ne quote ki purush is dharti te aman te shanti nal reh sakda hai eh sawal chand lokan de dilan vich hi nahi hai ਬਲਕਿ ਹਰ ਉਹ ਦਿਮਾਗ ਜਿਹਦੇ ਵਿੱਚ ਸੋਚਣ ਦੀ ਰੱਤੀ ਪੈ ਸਕਦੀ ਹੈ ਤੇ ਉਹ ਦਿਲ ਜਿਹਦੇ ਵਿੱਚ ਥੋੜੀ ਜਿਹੀ ਵੀ ਦਇਆ ਹੈ ਇਸ ਕਾਰਨ ਡੂੰਘੀ ਸੋਚਾਂ ਵਿੱਚ ਡੁੱਬਿਆ ਹੋਇਆ ਹੈ ਪਰ ਉਹਨੂੰ ਚਾਰ ਚਫੇਰੇ ਹਨੇਰਾ ਹੀ ਹਨੇਰਾ ਦਿਖਦਾ ਹੈ ਤੇ ਤਬਾਹੀ ਦੇ ਜਿਸ ਖੱਡੇ ਦੇ ਕੰਢੇ ਤੇ ਖਲੋਤਾ ਹੈ ਉਸ ਵਿੱਚ ਡਿੱਗਣ ਤੋਂ ਬਚਣ ਦਾ ਉਹਨੂੰ ਕੋਈ ਵੀ ਰਸਤਾ ਨਹੀਂ ਦਿਖਦਾ ਡਾਕਟਰ ਸਾਹਿਬ ਕੀ ਤੁਸੀਂ ਸਾਨੂੰ ਇਹ ਦੱਸ ਸਕੋਗੇ ਕਿ ਇਸ ਦੁਨੀਆਂ ਵਿੱਚ ਇਤਨੇ ਮਹਾਤਮਾ ਰਿਸ਼ੀ ਮੁਨੀ ਨਬੀ ਤੇ ਰਸੂਲ ਆਏ ਤੇ ਫੇਰ ਵੀ ਸਾਡਾ ਪਿੰਡਾ ਔਖੇ ਤੋਂ ਔਖਾ ਬਣ ਗਿਆ ਹੈ ਸਭ ਕੁਛ ਜਾਣਦੇ ਹੋਏ ਵੀ ਅਸੀਂ ਸਾਰੇ ਕਿਉਂ ਗੁਆਚੇ ਫਿਰਨੇ ਆ ਉਹ ਤੀਜੀ ਰਾਹ ਕਿਹੜੀ ਹੈ ਜਿਹਨੂੰ ਸਾਨੂੰ ਸ਼ਾਂਤੀ ਲੈ ਜਾਏਗੀ ਸਲੀਮ ਸਾਹਿਬ ਮੈਨੂੰ ਤੁਹਾਡਾ ਸਵਾਲ ਜਵਾਬ ਦੇਣ ਤੋਂ ਪਹਿਲੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਇਸ ਪ੍ਰੋਗਰਾਮ 'ਚ ਆਉਣ ਦੀ ਬੜੀ ਖੁਸ਼ੀ ਹੈ ਕਲਸੀ ਸਾਹਿਬ ਔਰ ਇਹਨਾਂ ਦੇ ਦੂਸਰੇ ਦੋਸਤ ਜਿਹੜੇ ਇਸ ਪ੍ਰੋਗਰਾਮ ਨੂੰ ਕਰਦੇ ਆ ਮੈਂ ਸਮਝਦਾ ਕਿ ਕਮਿਊਨਿਟੀ ਦੀ ਬਹੁਤ ਇੱਕ ਸੇਵਾ ਕਰਦੇ ਆ ਔਰ ਇਹ ਲੋਕ ਆਪਣੀ ਬੜਾ ਕੀਮਤੀ ਟਾਈਮ ਦੇ ਕੇ ਬਹੁਤ ਸਾਰੀਆਂ ਚੀਜ਼ਾਂ ਔਰ ਬਹੁਤ ਸਾਰੀ ਡਿਸਕਸ਼ਨ ਕਮਿਊਨਿਟੀ ਤੱਕ ਲੈ ਕੇ ਜਾਂਦੇ ਆ ਔਰ ਮੈਂ ਪਿਛਲੀ ਵਾਰ ਵੀ ਇਸ ਪ੍ਰੋਗਰਾਮ 'ਚ ਆਇਆ ਮੈਨੂੰ ਬੜੀ ਇਸ ਪ੍ਰੋਗਰਾਮ ਨਾਲ ਬਾਤਚੀਤ ਕਰਕੇ ਬੜੀ ਖੁਸ਼ੀ ਹੋਈ ਅਤੇ ਅੱਜ ਫਿਰ ਸਾਨੂੰ ਮੌਕਾ ਮਿਲਿਆ ਇੱਥੇ ਬੈਠ ਕੇ ਇਹ ਅਮਨ ਦੇ ਬਾਰੇ 'ਚ ਗੱਲ ਕਰਨਾ ਜਿਹੜੀ ਇਸ ਜਿਹੜਾ ਇਹ ਮੌਜੂ ਮੇਰੇ ਵਾਸਤੇ ਇੱਕ ਬਹੁਤ ਜ਼ਿੰਦਗੀ ਦਾ ਸਭ ਦਾ ਬੜਾ ਔਰ ਜ਼ਰੂਰੀ ਇੱਕ ਅਹਿਮ ਮੌਜੂ ਬਣ ਗਿਆ ਤੁਸੀਂ ਪੁੱਛਿਆ ਕਿ ਤੀਸਰੀ ਰਾਹ ਕਿਹੜੀ ਹੈ ਪਹਿਲੀ ਗੱਲ ਹੈ ਕਿ ਦੂਸਰੀਆਂ ਰਾਹਾਂ ਕਿਹੜੀਆਂ ਹੈਗੀਆਂ ਇਸ ਵੇਲੇ ਇਸ ਦੁਨੀਆਂ ਦੇ ਵਿੱਚ ਦੁਨੀਆਂ ਦੋ ਰਸਤਿਆਂ 'ਤੇ ਚੱਲ ਰਹੀ ਹੈ ਔਰ ਇਹ ਚੀਜ਼ ਜਿਹੜੀ ਹੈ ਜਿਹੜੀ ਕਿਤਾਬ ਮੈਂ ਲਿਖੀ ਹੈ ਇਹ ਚੀਜ਼ ਇਸ ਦੋ ਰਸਤਿਆਂ ਦੀ ਕ੍ਰਿਟਿਸਿਜ਼ਮ ਜਾਂ ਦੁਪਤਾ ਚੀਨੀ ਜਿਹਨੂੰ ਕਹਿਣਾ ਚਾਹੀਦਾ ਜਾਂ ਉਸ ਦੀ ਟਿੱਪਣੀ ਕਰਦੀ ਹੈ ਔਰ ਤੀਸਰਾ ਦੋ ਰਸਤੇ ਹੋ ਗਿਆ ਜਾਂ ਤਾਂ ਦੁਨੀਆਂ ਚੱਲ ਰਹੀ ਹੈ ਕੌਮਨਿਸਟ ਦੇ ਰਸਤੇ 'ਚ ਤਿਆਰ ਦੁਨੀਆਂ ਚੱਲ ਰਹੀ ਹੈ ਜਿਹਨੂੰ ਕੈਪੀਟਲਿਜ਼ਮ ਤੇ ਪੂੰਜੀਵਾਦ ਦਾ ਰਸਤਾ ਕਿਹਾ ਜਾਂਦਾ ਥਰਡ ਵਰਲਡ ਜਿਹਨੂੰ ਅਸੀਂ ਕਹਿ ਰਹੇ ਹਾਂ ਜਾਂ ਹਿੰਦੁਸਤਾਨ ਪਾਕਿਸਤਾਨ ਵਰਗੇ ਮੁਲਕ ਜਿਹੜੇ ਆ ਉਹਨਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੋਨਾਂ ਚੀਜ਼ਾਂ ਦਾ ਮਿਲੀ ਜੁਲੀ ਕੋਈ ਤੀਸਰੀ ਕੋਈ ਮਿਕਸਡਅਪ ਦੀ ਚੀਜ਼ ਚੱਲ ਰਹੀ ਹੋਣੀ ਹੈ ਪਰ ਦੁਨੀਆਂ ਬੇਸਿਕਲੀ ਜਿਹੜੀ ਹੈ ਦੋ ਰਸਤੇ 'ਤੇ ਚੱਲ ਰਹੀ ਹੈ ਔਰ ਇਹ ਦੋ ਰਸਤੇ ਦੁਨੀਆਂ 'ਚ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ 500 ਸਾਲ ਤੋਂ ਸ਼ੁਰੂ ਹੋਏ ਆ 500 ਸਾਲ ਪਹਿਲੇ ਯਾਨੀ 1500
ਸਲੋਗਨ ਲੈ ਲਈਏ ਉਸ ਤੋਂ ਪਹਿਲੇ ਦੁਨੀਆਂ ਦੇ ਵਿੱਚ ਕੈਪੀਟਲਿਜ਼ਮ ਜਾਂ ਪੂੰਜੀਵਾਦ ਨਹੀਂ ਸੀਗਾ ਪਹਿਲੇ ਪੂੰਜੀਵਾਦ ਡਿਵੈਲਪ ਹੋਇਆ ਔਰ ਫਿਰ ਲਾਸਟ ਸੈਂਚਰੀ ਚ ਸੋਸ਼ਲਿਜ਼ਮ ਦਾ ਨਾਰਾ ਲੱਗਾ ਔਰ ਅੱਜ ਕੱਲ 1917 ਚ ਰਸ਼ਿਆ ਚ ਸੋਸ਼ਲਿਜ਼ਮ ਆਇਆ ਸੋਹਾਲ ਲੇਕਿਨ 1500 ਪਹਿਲਾਂ ਕੁਛ ਹੋਰ ਤਰ੍ਹਾਂ ਦੀ ਦੁਨੀਆਂ ਹੁੰਦੀ ਸੀ ਉਸ ਦੇ ਬਾਰੇ ਚ ਅਸੀਂ ਕਈ ਕਿਸਮ ਦੇ ਵਿਚਾਰ ਰੱਖ ਸਕਦੇ ਹਾਂ ਕਿ ਉਹਨੂੰ ਅਸੀਂ ਕਿਸ ਤਰ੍ਹਾਂ ਡਿਸਕ੍ਰਾਈਬ ਕਰੀਏ ਉਹ ਵੀ ਕਿਸੇ ਕਿਸਮ ਦਾ ਕੈਪੀਟਲਿਜ਼ਮ ਸੀਗਾ ਪੂੰਜੀਵਾਦ ਸੀ ਜਾਂ ਉਹ ਕਿਸੇ ਕਿਸਮ ਦਾ ਸੋਸ਼ਲਿਜ਼ਮ ਸੀਗਾ ਲੇਕਿਨ ਅੱਜ ਕੱਲ ਜਿਹੜੇ ਮਾਡਰਨ ਆਧੁਨਿਕ ਦੋ ਰਸਤੇ ਆ ਉਹ ਕੈਪੀਟਲਿਜ਼ਮ ਤੇ ਕਮਿਊਨਿਜ਼ਮ ਔਰ ਸਵਾਲ ਸਾਡੇ ਸਾਹਮਣੇ ਇਹ ਹੈ ਕਿ ਇਹ ਦੋ ਰਸਤਿਆਂ ਦੇ ਉੱਤੇ ਚੱਲਦਿਆਂ ਚੱਲਦਿਆਂ ਦੁਨੀਆ ਕਿੱਥੇ ਪਹੁੰਚੀ ਹੈ ਪਹਿਲਾ ਰਸਤਾ ਜਿਹੜਾ ਜਿਹਦੇ ਉੱਤੇ ਅਸੀਂ ਚੱਲ ਰਹੇ ਸੀਗੇ ਪੂੰਜੀਵਾਦ ਦਾ ਰਸਤਾ ਉਹਨੇ ਦੁਨੀਆ ਚ ਬੜੀ ਤਬਾਹੀ ਮਚਾਈ ਹੈ ਉਹ ਸਮੇਂ ਤੁਸੀਂ 1919ਵੀਂ ਸਦੀ ਚ ਉਹ ਚੀਜ਼ ਬੜੀ ਹੈ ਕੈਪੀਟਲਿਜ਼ਮ ਦੀ ਔਰ ਉਸਨੇ ਦੁਨੀਆ ਚ ਬਹੁਤ ਸਾਰੇ ਮੁਲਕਾਂ ਨੂੰ ਗੁਲਾਮ ਬਣਾਇਆ ਹਿੰਦੁਸਤਾਨ ਦੀ ਸਰਜ਼ਮੀਨ ਖੁਦ ਅੰਗਰੇਜ਼ਾਂ ਦੀ ਗੁਲਾਮ ਬਣੀ ਉਸ ਸਿਲਸਿਲਾ ਜਿਹੜਾ 16ਵੀਂ 17ਵੀਂ 18ਵੀਂ ਸੈਂਚਰੀ ਚੱਲਦਾ ਰਿਹਾ ਉਸ ਦੇ ਨਾਲ ਅਮਰੀਕਾ ਚ ਲੋਕ ਆਏ ਇੱਥੋਂ ਦੇ ਨੇਟਿਵ ਇੰਡੀਅਨਸ ਦਾ ਕੀ ਹਾਲ ਹੋਇਆ ਉਹ ਵੀ ਸਾਨੂੰ ਪਤਾ ਬਲੈਕ ਸਲੇਵਰੀ ਚੱਲੀ ਉਹ ਵੀ ਉਸ ਚੀਜ਼ ਦਾ ਹਿੱਸਾ ਸੀ ਔਰ ਬਹੁਤ ਦੁਨੀਆ ਚ ਮਾਰ ਧਾੜ ਕਰਨ ਤੋਂ ਬਾਅਦ ਇਹ ਮੁਲਕ ਜਿਹੜੇ ਹੈ ਇੱਕ ਖਾਸ ਜਗ੍ਹਾ ਤੇ ਪਹੁੰਚਿਆ ਔਰ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਮੁਲਕਾਂ ਦੀ ਡਿਵੈਲਪਮੈਂਟ ਕੈਪੀਟਲਿਜ਼ਮ ਦੀ ਡਿਵੈਲਪਮੈਂਟ ਦੇ ਪਿੱਛੇ ਇੱਕ ਬਹੁਤ ਇਨਸਾਨੀ ਬਹੁਤ ਸਾਰਾ ਖੂਨ ਹੈ ਲਾਈਫ ਬੜੀ ਚੰਗੀ ਹੈ ਪਰ ਇਹ ਗੱਲ ਠੀਕ ਹੈ ਕਿ ਇੱਥੇ ਲਾਈਫ ਬੜੀ ਚੰਗੀ ਹੈ ਲੇਕਿਨ ਇਸਦੇ ਪਿੱਛੇ ਕਿੰਨੀ ਸਫਰਿੰਗ ਹੈ ਕਿੰਨਾ ਉਸਦੇ ਪਿੱਛੇ ਪਰੇਸ਼ਾਨੀ ਚੱਲੀ ਹੈ ਉਹ ਚੀਜ਼ ਅਸੀਂ ਵੀ ਨਹੀਂ ਭੁੱਲ ਸਕਦੇ ਔਰ ਇਹ ਰਸਤੇ ਦੇ ਖਿਲਾਫ ਆਵਾਜ਼ ਜਿਹੜੀ ਹੈ ਉਹ ਪਿਛਲੀ ਸੈਂਚਰੀ ਚ ਮਾਰਕਸ ਨੇ ਕਦੀ ਸੋਸ਼ਲਿਜ਼ਮ ਦਾ ਨਾਰਾ ਲੱਗਾ ਔਰ ਸੋਸ਼ਲਿਜ਼ਮ ਇਸ ਵੇਲੇ ਅੱਧੀ ਤੋਂ ਜ਼ਿਆਦਾ ਦੁਨੀਆ ਕਮਿਊਨਿਜ਼ਮ ਜਾਂ ਸੋਸ਼ਲਿਜ਼ਮ ਦੇ ਅੰਦਰ ਥੱਲੇ ਰਹਿੰਦੀ ਹੈ ਔਰ ਇਹ ਦੋ ਰਸਤਿਆਂ ਦੀ ਆਪਸ ਦੇ ਵਿੱਚ ਵੀ ਲੱਗਦਾ ਕਿ ਆਪਸ ਚ ਲੜਾਈ ਚੱਲ ਰਹੀ ਹੈ ਇਸ ਵੇਲੇ ਆਮ ਲੋਕ ਇਹ ਸਮਝਦੇ ਆ ਕਿ ਕੈਪੀਟਲਿਜ਼ਮ ਔਰ ਕਮਿਊਨਿਜ਼ਮ ਦੀ ਲੜਾਈ ਦੀ ਵਜ੍ਹਾ ਨਾਲ ਨਿਊਕਲੀਅਰ ਵਾਰ ਹੋਣ ਦਾ ਡਰ ਹੈ ਦੋਨੋਂ ਪਾਸੇ ਆਪਣੇ ਬੰਬ ਬਣਾਈ ਚਲੇ ਜਾ ਰਹੇ ਹੈ ਔਰ ਇਸ ਵੇਲੇ ਜਿਹੜੀ ਨਿਊਕਲੀਅਰ ਹੋਲੋਕਾਸਟ ਦੀ ਜਿਹੜਾ ਤੁਸੀਂ ਜ਼ਿਕਰ ਕੀਤਾ ਉਹ ਲੋਕਾਂ ਨੂੰ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਦੋ ਬਹੁਤ ਵੱਡੇ ਸਾਂਡ ਲੜਨ ਲੱਗ ਜਾਣ ਔਰ ਦੁਨੀਆਂ ਨੂੰ ਤਬਾਹ ਕਰਨ ਲੱਗ ਜਾਣ ਉਹ ਇੱਕ ਸਿਲਸਿਲਾ ਪੇਸ਼ ਹੋਇਆ ਹੋਇਆ ਔਰ ਇਸ ਦੇ ਬਾਰੇ ਸਭ ਨਾਲੋਂ ਵੱਡਾ ਸਵਾਲ ਇੱਕ ਪੈਦਾ ਹੁੰਦਾ ਕਿ ਇਹ ਚੀਜ਼ ਜਿਹੜੀ ਹੈ ਇਹ ਕਿਉਂ ਪੈਦਾ ਹੋਈ ਹੈ ਇਹ ਕਿਉਂ ਇਹ ਦੋ ਡਿਫਰੈਂਟ ਸਿਸਟਮ ਆਪਸ ਵਿੱਚ ਲੜੀ ਚਲੇ ਜਾ ਰਹੇ ਔਰ ਕੋਈ ਤੀਸਰਾ ਰਸਤਾ ਹੈ ਕਿ ਨਹੀਂ ਮੇਰਾ ਆਪਣਾ ਨਜ਼ਰੀਆ ਇਹ ਹੈ ਔਰ ਇਹ ਚੀਜ਼ ਮੈਂ ਕਿਤਾਬ ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੇ ਦੋ ਰਸਤੇ ਹੈ ਇਹ ਰਸਤੇ ਦੁਨੀਆਂ ਨੂੰ ਤਬਾਹੀ ਦੇ ਇੱਕ ਰਸਤੇ ਤੇ ਦੋਨੋਂ ਰਸਤੇ ਇੱਕ ਖਾਸ ਰਸਤੇ ਦੇ ਹੀ ਦੋ ਪਗਡੰਡੀਆਂ ਹੈ ਔਰ ਇਹ ਦੁਨੀਆਂ ਨੂੰ ਇੱਕ ਤਬਾਹੀ ਦੇ ਰਸਤੇ ਚ ਲੈ ਚਲੇ ਜਾ ਰਿਹਾ ਔਰ ਉਹ ਤਬਾਹੀ ਕਿੱਥੋਂ ਆ ਰਹੀ ਹੈ ਉਹ ਤਬਾਹੀ ਆ ਰਹੀ ਹੈ ਕਿ ਇਹ ਦੋਨੋਂ ਰਸਤੇ ਇੱਕ ਕੁਦਰਤ ਦੇ ਕ੍ਰਿਸ਼ਮਿਆਂ ਨੂੰ ਖਾਸ ਤਰੀਕੇ ਨਾਲ ਦੇਖਦੇ ਕੁਦਰਤ ਨੂੰ ਖਾਸ ਤਰੀਕੇ ਨਾਲ ਦੇਖਦੇ ਹੈ ਸਾਇੰਸ ਦਾ ਇੱਕ ਨਜ਼ਰੀਆ ਇਸ ਦੇ ਪਿੱਛੇ ਇਸ ਦੇ ਪਿੱਛੇ ਦੁਨੀਆਂ ਨੇ ਇੱਕ ਬਹੁਤ ਬੜੀ ਇੱਕ ਪਿਆਸ ਜੀ ਚੱਲੀ ਹੋਈ ਹੈ ਔਰ ਮਟੀਰੀਅਲਿਜ਼ਮ ਦੀ ਕਿ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਬਣਾਉਂਦੇ ਚਲੇ ਜਾ ਰਹੇ ਹਾਂ ਔਰ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਜਿਹਦੇ ਬਾਰੇ ਚ ਬਹੁਤ ਸਾਰੇ ਬਜ਼ੁਰਗ ਲੋਕ ਬੜੇ ਸਮਝਦਾਰ ਲੋਕ ਪਿਛਲੀ ਸੈਂਚਰੀ ਤੋਂ ਉਸ ਤੋਂ ਪਹਿਲੇ ਵੀ ਲਿਖੀ ਜਾ ਰਿਹਾ ਕਿ ਇਹ ਰਸਤਾ ਠੀਕ ਨਹੀਂ ਹੈ ਹੁਣ ਅਸੀਂ ਇੱਕ ਐਸੇ ਮਰਹਲੇ ਤੇ ਪਹੁੰਚ ਗਏ ਹਾਂ ਜਿੱਥੇ ਲੱਗਦਾ ਕਿ ਦੁਨੀਆਂ ਬਿਲਕੁਲ ਤਬਾਹੀ ਦੇ ਕੰਢੇ ਤੇ ਖੜੀ ਹੋਈ ਹੈ ਔਰ ਮੇਰੀ ਇਹ ਆਪਣੀ ਓਪੀਨੀਅਨ ਹੈ ਕਿ ਇਹ ਜਿਹੜੇ ਅਸੀਂ ਇਸ ਜਗ੍ਹਾ ਤੇ ਪਹੁੰਚੇ ਹਾਂ ਇਹ ਚੀਜ਼ ਸਿਰਫ ਕੋਈ ਇੱਕ ਛੋਟੀ ਜਿਹੀ ਗਲਤੀ ਦੀ ਵਜ੍ਹਾ ਨਾਲ ਨਹੀਂ ਹੁੰਦੀ ਇਹ ਉਸ ਰਸਤੇ ਦੇ ਨਾਲ ਬੰਨੀ ਹੋਈ ਹੈ ਚੀਜ਼ ਜਿਹੜੇ ਰਸਤੇ ਤੋਂ ਇਹ ਦੁਨੀਆਂ 300-400 ਸਾਲ ਤੋਂ ਚੱਲੀ ਆ ਰਹੀ ਹੈ ਔਰ ਉਹ ਤੀਸਰਾ ਰਸਤਾ ਜਿਹਦੇ ਬਾਰੇ ਚ ਅਸੀਂ ਬਾਤਚੀਤ ਕਰਾਂਗੇ ਅੱਜ ਉਹ ਤੀਸਰਾ ਰਸਤਾ ਕੀ ਹੈ ਇੱਕ ਸਵਾਲ ਸਭਨਾ ਵੱਡਾ ਇਹ ਹੈ ਕਿ ਵੀ ਅਸੀਂ ਇਹਨਾਂ ਦੋ ਰਸਤਿਆਂ ਤੋਂ ਹਟ ਕੇ ਕੋਈ ਤੀਸਰੀ ਰਾਹ ਸਾਡੇ ਕੋਲ ਹੈ ਜਾਂ ਨਹੀਂ ਹੈ ਬਹੁਤ ਸਾਰੇ ਲੋਕ ਕਹਿਣਗੇ ਕਿ ਉਹ ਤੀਸਰੀਆਂ ਰਾਹਾਂ ਸਾਡੇ ਕੋਲ ਹੈਗੀਆਂ ਸੀਗੀਆਂ ਉਹ ਤੀਸਰੀ ਰਾਹ ਇਸਲਾਮ ਦੀ ਰਾਹ ਹੈ ਤੀਸਰੀ ਰਾਹ ਉਹ ਕਿਸੇ ਪੁਰਾਣੇ ਹਿੰਦੂਆਂ ਦੇ ਸਿਸਟਮ ਦੀ ਰਾਹ ਹੈ ਜਾਂ ਕਿਸੇ ਗੁਰੂ ਨਾਨਕ ਦੇ ਸਿਸਟਮ ਦੀ ਰਾਹ ਹੈ ਜਾਂ ਜੀਸਸ ਕ੍ਰਾਈਸਟ ਦੀ ਰਾਹ ਹੈ ਜਾਂ ਕੋਈ ਰਾਹ ਹੈ ਮੇਰਾ ਆਪਣਾ ਇਹ ਵਿਚਾਰ ਹੈ ਕਿ ਉਹ ਰਾਹ ਵੀ ਸਾਨੂੰ ਉਹ ਵੀ ਪੁਰਾਣੀਆਂ ਰਾਹਾਂ ਜਿਹੜੀਆਂ ਹੈ ਉਹ ਵੀ ਗੜਬੜ ਹੋ ਗਈ ਹੈ ਉਹ ਵੀ ਰਾਹਾਂ ਅਸੀਂ ਇੱਕ ਜਾ ਕੇ ਹੁਣ ਇੱਕਦਮ ਨਹੀਂ ਫੜ ਸਕਦੇ ਉਹਨਾਂ ਨੂੰ ਉੱਥੇ ਨਹੀਂ ਜਾ ਸਕਦੇ ਦੁਨੀਆਂ ਇੰਨੀ ਬਦਲ ਗਈ ਹੈ ਇਹ ਜਿਹੜੀ ਤੀਸਰੀ ਰਾਹ ਤੁਸੀਂ ਮੈਨੂੰ ਪੁੱਛੀ ਹੈ ਉਹ ਮੇਰੇ ਆਪਣੇ ਉਹਦੇ ਵਾਸਤੇ ਕੀ ਲਫ਼ਜ਼ ਹੋ ਸਕਦਾ ਜਾਂ ਕੀ ਕਿਹਾ ਜਾ ਸਕਦਾ ਮੈਂ ਉਸਨੂੰ ਅਮਨ ਦੀ ਰਾਹ ਬੋਲਦਾ ਕਿਉਂਕਿ ਮੇਰੀ ਆਪਣੀ
ਆਪਣੀ رائے ਹੈ ਕਿ ਜਿਹੜੀਆਂ ਬਾਕੀ ਦੋ ਰਾਵਾਂ ਕਮਿਊਨਿਜ਼ਮ ਤੇ ਸੋਸ਼ਲਿਜ਼ਮ ਦੀ ਹੈ ਕਮਿਊਨਿਜ਼ਮ ਤੇ ਪੂੰਜੀਵਾਦ ਦੀ ਹੈ ਕੈਪੀਟਲਿਜ਼ਮ ਦੀ ਹੈ ਉਹ ਦੋਨੋਂ ਰਾਵਾਂ ਵਾਇਲੈਂਸ ਦੀਆਂ ਰਾਵਾਂ ਉਹਨਾਂ ਦੇ ਰਸਤੇ ਹਰ ਕੰਮ ਜਿਹੜਾ ਉਹ ਹਰ ਸਿਲਸਿਲਾ ਜਿਹੜਾ ਉਹ ਸਾਰਾ ਉਹ ਵਾਇਲੈਂਸ ਦਾ ਸਿਲਸਿਲਾ ਜਿਵੇਂ ਹੁਣ ਤੁਸੀਂ ਕਿਹਾ ਕਿ ਮਤਲਬ ਕਮਿਊਨਿਜ਼ਮ ਔਰ ਕੈਪੀਟਲਿਜ਼ਮ ਦੇ ਆਪਣੇ ਸਕੂਲ ਆਫ ਥਾਟਸ ਨਹੀਂ ਔਰ ਉਹਦੇ ਕਨਫਲਿਕਟ ਪਤਾ ਹੋ ਰਹਾ ਨਹੀਂ ਔਰ ਉਸ ਨਾਲ ਤੁਸੀਂ ਵੀ ਕਿਹਾ ਕਿ ਦੁਨੀਆਂ ਦਾ ਮਸਲ ਜਨਮ ਔਰ ਮਜ਼ਾਬ ਨੇ ਵੀ ਇਹ ਗੱਲ ਮੱਤੇ ਉਹਨਾਂ ਨੂੰ ਸਵਾਲ ਵੀ ਕੀਤੀ ਹੈ ਬਾਬਾ ਨਾਨਕ ਕੋ ਤੁਸੀਂ ਲੋਕਾਂ ਨੂੰ ਆਉਂਦੇ ਨੇ ਅੱਜ ਕੱਲ ਦੀ ਜਿਹੜੀ ਦੁਨੀਆਂ ਹੈ ਜੋ ਦੋ ਰਸਤੇ ਚੱਲ ਰਹੇ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਇਹਨਾਂ ਦੀ ਕੀ ਖਸੂਸੀਅਤ ਹੈ ਜਿਹੜੀ ਅਸੀਂ ਛੱਡਣਾ ਚਾਹੁੰਦੇ ਹਾਂ ਇਹਨਾਂ ਦੀ ਖਸੂਸੀਅਤ ਇਹ ਹੈ ਕਿ ਸਭ ਨਾਲੋਂ ਵੱਡੀ ਚੀਜ਼ ਇਹ ਹੋ ਰਹੀ ਹੈ ਕਿ ਸਾਇੰਸ ਦਾ ਮਤਲਬ ਇਸ ਵੇਲੇ ਸਮਝਿਆ ਜਾ ਰਿਹਾ ਹੈ ਕਿ ਅਸੀਂ ਕਿਸੇ ਤਰੀਕੇ ਨਾਲ ਕੁਦਰਤ ਦੇ ਉੱਤੇ ਕੰਟਰੋਲ ਪਾ ਲਈਏ ਹੁਣ ਤੁਸੀਂ ਇਸ ਬਿਲਡਿੰਗ ਨੂੰ ਦੇਖ ਲਓ ਜਿੱਥੇ ਅਸੀਂ ਬੈਠ ਕੇ ਗੱਲ ਵੀ ਬਾਤ ਕਰ ਰਹੇ ਹਾਂ ਇਹ ਜਿਹੜੀ ਟੈਕਨੋਲੋਜੀ ਹੈ ਇਹ ਤਾਂ ਠੀਕ ਹੈ ਜਿਹੜੇ ਕੈਮਰਾ ਔਰ ਸਾਨੂੰ ਸਭ ਚੀਜ਼ਾਂ ਇਸ ਦੀ ਵਜ੍ਹਾ ਨਾਲ ਅਸੀਂ ਲੋਕਾਂ ਤੱਕ ਵੀ ਪਹੁੰਚ ਰਹੇ ਹਾਂ ਲੇਕਿਨ ਬੰਦ ਬਿਲਡਿੰਗਾਂ 'ਚ ਬਣ ਰਹੀਆਂ ਉਹਨਾਂ ਦੇ ਅੰਦਰ ਹਵਾ ਠੀਕ ਨਹੀਂ ਹੈ ਜਾਂ ਇੱਥੇ ਤਲਾਬ ਔਰ ਸਾਰੀਆਂ ਨਦੀਆਂ ਔਰ ਸਮੁੰਦਰ ਔਰ ਸਭ ਚੀਜ਼ਾਂ ਖਰਾਬ ਹੋ ਰਹੀਆਂ ਹਵਾ ਖਰਾਬ ਹੋ ਰਹੀ ਹੈ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਪਲੂਟ ਹੋ ਰਹੀਆਂ ਐਟਮ ਬੰਬ ਔਰ ਨਿਊਕਲੀਅਰ ਬੰਬ ਬਣੇ ਚਲੇ ਜਾ ਰਹੇ ਹੈ ਸੋ ਇਹ ਜਿਹੜੀ ਚੀਜ਼ ਹੈ ਜਿਸ ਦੇ ਵਿੱਚ ਮਾਡਰਨ ਜਿਹੜਾ ਆਧੁਨਿਕ ਤਰੀਕਾ ਹੈ ਇਹਦੇ ਵਿੱਚ ਟੈਕਨੋਲੋਜੀ ਇਸ ਤਰ੍ਹਾਂ ਚੱਲ ਰਹੀ ਹੈ ਜਿਹੜੀ ਬੇਸਿਕਲੀ ਇਨਸਾਨਾਂ ਦੀ ਤਰਫ ਕੁਦਰਤ ਦੀ ਤਰਫ ਔਰ ਜਾਨਵਰਾਂ ਦੀ ਤਰਫ ਔਰ ਜਦੋਂ ਕੁਦਰਤ ਮੈਂ ਕਹਿੰਦਾ ਪਾਣੀ ਹਵਾ ਔਰ ਜ਼ਮੀਨ ਇਹਨਾਂ ਸਭ ਚੀਜ਼ਾਂ ਦੀ ਤਰਫ ਇਹ ਇੱਕ ਤਰੀਕੇ ਨਾਲ ਬੜੀ ਵਾਇਲੈਂਟ ਔਰ ਡਿਸਟਰਕਸ਼ਨ ਹੋ ਰਹੀ ਹੈ ਪਹਿਲੀ ਵਾਰੀ ਇਨਸਾਨ ਦੀ ਤਾਰੀਖ 'ਚ ਆਇਆ ਕਿ ਅਸੀਂ ਇਹ ਕਹਿਣ ਲੱਗੇ ਹਾਂ ਕਿ ਦਰਿਆ ਮਰ ਰਹੇ ਹੈ ਨਦੀਆਂ ਮਰ ਰਹੀਆਂ ਔਰ ਜ਼ਮੀਨ ਦੀ ਵਜ੍ਹਾ ਨਾਲ ਔਰ ਬਾਕੀ ਸਾਰੀਆਂ ਚੀਜ਼ਾਂ ਚੱਲੀਆਂ ਨਿਊਕਲੀਅਰ ਰੇਡੀਏਸ਼ਨ ਦੀ ਵਜ੍ਹਾ ਨਾਲ ਬਹੁਤ ਸਾਰੇ ਸਾਇੰਟਿਸਟਾਂ ਦਾ ਇਹ ਵਿਚਾਰ ਹੈ ਕਿ 100-150 ਸਾਲ 'ਚ ਅਗਰ ਐਟਮ ਬੰਬ ਨਾ ਵੀ ਫਟੇ ਨਿਊਕਲੀਅਰ ਬੰਬ ਨਾ ਵੀ ਫਟੇ ਤਾਂ 100-150 ਸਾਲ ਦੇ ਵਿੱਚ ਇਹ ਰੇਡੀਏਸ਼ਨ ਜਿਹੜੀ ਹੋ ਰਹੀ ਹੈ ਨਿਊਕਲੀਅਰ ਪਾਵਰ ਸਟੇਸ਼ਨ ਤੋਂ ਜਾਂ ਨਿਊਕਲੀਅਰ ਵੇਸਟ ਜਿਹੜਾ ਹੋ ਰਿਹਾ ਇਹ ਜਿਹੜੀ ਚੀਜ਼ਾਂ ਇਸ ਦੀ ਵਜ੍ਹਾ ਨਾਲ ਲਾਈਫ ਇਸ ਧਰਤੀ 'ਤੇ ਖਤਮ ਹੋ ਜਾਏਗੀ ਸੋ ਸਾਡੇ ਬੰਬ ਫਟਣ ਦੀ ਵੀ ਕੋਈ ਜ਼ਰੂਰੀ ਨਹੀਂ ਕਿ ਉਸ ਨਾਲ ਹੀ ਅਸੀਂ ਮਰਾਂਗੇ ਅਸੀਂ ਜਾਂ ਤਾਂ ਜਲਦੀ ਇਕਦਮ ਮਰ ਜਾਵਾਂਗੇ ਜਾਂ ਸਲੋਲੀ ਮਰ ਰਹੇ ਸੋ ਸਭ ਨਾਲੋਂ ਵੱਡਾ ਉਹ ਜਿਹੜਾ ਤੁਸੀਂ ਕਿਹਾ ਤੀਸਰਾ ਰਸਤਾ ਕੀ ਹੋਏਗਾ ਉਹ ਸਭ ਨਾਲੋਂ ਤੀਸਰੇ ਰਸਤੇ 'ਚ ਸਭ ਨਾਲੋਂ ਬੜੀ ਚੀਜ਼ ਤਾਂ ਇਹ ਹੋਏਗੀ ਕਿ ਅਸੀਂ ਉਹ ਨੌਲੇਜ ਉਹਨੂੰ ਇਸ ਤਰੀਕੇ ਨਾਲ ਢਾਲਣਾ ਚਾਹੁੰਦੇ ਹਾਂ ਤਾਂ ਕਿ ਇਸ ਧਰਤੀ ਦੇ ਉੱਤੇ ਉਹ ਡਿਸਟ੍ਰਕਸ਼ਨ ਇਹਨਾਂ ਚੀਜ਼ਾਂ ਦੀ ਕਰਨ ਦੀ ਬਜਾਏ ਉਹ ਲਾਈਫ ਨੂੰ ਡਿਵੈਲਪ ਜ਼ਿਆਦਾ ਕਰੇ ਅੱਛਾ ਔਰ ਇਹ ਜਿਹੜੀਆਂ ਚੀਜ਼ਾਂ ਡਿਸਟ੍ਰਕਸ਼ਨ ਹੋ ਰਹੀ ਹੈ ਇਸ ਦਾ ਇੱਕ ਹਿੱਸਾ ਮੇਰੇ ਕਮ ਅਜ਼ ਕਮ ਰਾਏ 'ਚ ਉਸ ਦਾ ਇੱਕ ਇਹ ਵੀ ਚੀਜ਼ ਹਿੱਸਾ ਹੈ ਕਿ ਦੁਨੀਆ 'ਚ ਇੰਨੇ ਸਾਰੇ ਰੀਜਨ 'ਚ ਜਗ੍ਹਾ ਪਈਆਂ ਹੋਈਆਂ ਜਿੱਥੇ ਬੜੀ ਗਰੀਬੀ ਹੈ ਔਰ 40,000 ਬੱਚੇ ਹਰ ਰੋਜ਼ ਭੁੱਖ ਨਾਲ ਮਰ ਜਾਂਦੇ 15 ਮਿਲੀਅਨ ਲੋਕ ਬੱਚੇ ਇੱਕ ਸਾਲ ਦੇ ਵਿੱਚ ਭੁੱਖ ਨਾਲ ਮਰ ਜਾਂਦੇ ਸੋ ਇੱਕ ਪਾਸੇ ਤਾਂ ਅਸੀਂ $600 billion ਖਰਚ ਕਰੀ ਜਾ ਰਹੇ ਹਾਂ ਅਮੈਰੀਕਾ ਵਰਲਡ ਆਰਮਸ ਦੇ ਉੱਤੇ ਹਥਿਆਰਾਂ ਦੇ ਉੱਤੇ ਔਰ ਇੱਕ ਪਾਸੇ ਇੰਨੇ ਬੱਚੇ ਮਰ ਰਹੇ ਹੈ 15 ਮਿਲੀਅਨ ਬੱਚੇ ਜਿਹੜੇ ਹੈ ਉਹ ਵਾਰ ਤੋਂ ਜ਼ਿਆਦਾ ਬੱਚੇ ਮਰ ਜਾਂਦੇ ਆ ਇੱਕ ਸਾਲ ਦੇ ਅੰਦਰ ਔਰ ਉਹ ਇਸੇ ਚੀਜ਼ ਦਾ ਹਿੱਸਾ ਹੈ ਕਿ ਸਾਰਾ ਸਿਸਟਮ ਹੀ ਇਸ ਤਰ੍ਹਾਂ ਬਣ ਗਿਆ ਔਰ ਇਸ ਦੇ ਪਿੱਛੇ ਦੂਸਰੀ ਚੀਜ਼ ਕੀ ਹੈ ਟੈਕਨੋਲੋਜੀ ਦੇ ਇਲਾਵਾ ਕਿ ਇਸ ਦੁਨੀਆਂ ਨੂੰ ਚਲਾਉਣ ਦਾ ਸਿਸਟਮ ਚਲਾ ਰਿਹਾ ਉਹਦੇ ਪਿੱਛੇ ਅਗਰ ਤੁਸੀਂ ਗੌਰ ਨਾਲ ਦੇਖੋ ਤੁਸੀਂ ਦੇਖੋਗੇ ਦੋਨਾਂ ਸਿਸਟਮ 'ਚ ਕਮਿਊਨਿਜ਼ਮ ਚਲੇ ਜਾਓ ਰਸ਼ੀਆ ਚਲੇ ਜਾਓ ਜਾਂ ਸਾਡੇ ਕੈਪੀਟਲਿਸਟ ਸਿਸਟਮ 'ਚ ਆ ਜਾਓ ਚੰਦ ਇੱਕ ਲੋਕ ਚੰਦ ਦਾ ਮਤਲਬ ਇਹ ਹੈ ਕਿ 200-400-2000 ਇੰਨੇ ਕੁ ਲੋਕ ਇਹ ਸਾਰੇ ਸਿਲਸਿਲੇ ਨੂੰ ਕੰਟਰੋਲ ਕਰਕੇ ਚਲਾਈ ਜਾ ਰਹੇ ਤੁਹਾਡੀ ਆਵਾਜ਼ ਜਾਂ ਮੇਰੀ ਆਵਾਜ਼ ਜਾਂ ਆਮ ਜਨਤਾ ਦੀ ਆਵਾਜ਼ ਇਸ ਚੀਜ਼ 'ਚ ਕਿਤੇ ਵੀ ਸ਼ਾਮਿਲ ਨਹੀਂ ਹੈ ਜਿਵੇਂ ਅਗਰ ਕੱਲ੍ਹ ਨੂੰ ਅਸੀਂ ਗੱਲਬਾਤ ਕਰਦੇ ਹਾਂ ਕੋਈ ਇਸ ਵੇਲੇ ਬਟਨ ਦਬਾ ਦੇਵੇ ਔਰ ਦੁਨੀਆਂ ਉੜ ਜਾਏ ਉਸ ਜਨਤਾ ਦੀ ਆਵਾਜ਼ ਨੂੰ ਕੋਈ ਨੀ ਪੁੱਛਣ ਜਾ ਰਹੇ ਜਨਤਾ ਦੀ ਆਵਾਜ਼ ਜ਼ਿਆਦਾ ਹੋਵੇ ਚਾਹੇ ਹੋਰ ਜਿਸ ਤਰ੍ਹਾਂ ਰਸ਼ਿਆ ਦੇ ਵਿੱਚ ਵੀ ਜਨਤਾ ਦੀ ਆਵਾਜ਼ ਨਹੀਂ ਹੈ ਉਹਨੂੰ ਵੀ ਕਮਿਊਨਿਸਟ ਪਾਰਟੀ ਦੇ ਕੁਛ ਲੋਕ ਚਲਾਉਂਦੇ ਹੈ ਸਾਡੇ ਵੀ ਇੱਥੇ ਜਿਹੜੇ ਗਵਰਨਮੈਂਟ ਜਿਹੜੀ ਹੈ ਸਟੇਟ ਜਿਹੜੀ ਹੈ ਉਹਦੀ ਨੇਚਰ ਬਦਲਣਾ ਟੈਕਨੋਲੋਜੀ ਦੀ ਨੇਚਰ ਬਦਲਣਾ ਪ੍ਰੋਡਕਸ਼ਨ ਨੂੰ ਕੰਟਰੋਲ ਕਰਨ ਦੀ ਨੇਚਰ ਬਦਲਣਾ ਆਰਮਾਮੈਂਟ ਦੇ ਪ੍ਰੋਗਰਾਮ ਦੇ ਬਾਰੇ 'ਚ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ
ਛੱਡ ਕੇ ਉਹ ਤੀਸਰੇ ਰਸਤੇ ਦਾ ਖਾਕਾ ਉਹ ਹੋਏਗਾ ਜਿਹਦੇ ਵਿੱਚ ਇਹ ਚੀਜ਼ਾਂ ਕਿਸ ਤਰ੍ਹਾਂ ਹੋਣ ਦੀ ਬਜਾਏ ਡਿਫਰੈਂਟ ਔਰ ਅਮਲ ਉਸ ਰਸਤੇ ਦੀਆਂ ਹੋਣ। ਡਾਕਟਰ ਸਾਹਿਬ ਇਹ ਕਿਤਾਬ ਤਾਂ ਪੜ੍ਹਨ ਲਾਇਕ ਹੈ ਅਤੇ ਬੜੀਆਂ ਲੰਮੀਆਂ ਗੱਲਾਂ ਹਨ ਅਤੇ ਸਾਡੇ ਕੋਲ ਥੋੜ੍ਹਾ ਜਿਹਾ ਟਾਈਮ ਹੈ ਅਤੇ ਸਿੱਖਣ ਮੁਕਾ ਨਹੀਂ ਸਕਦੇ। ਅਸੀਂ ਬਾਕੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਅਗਲੇ ਪ੍ਰੋਗਰਾਮ ਪੇਸ਼ ਕਰਾਂਗੇ ਅਤੇ ਦੂਜਾ ਰਸਤਾ ਕੀ ਹੈ ਔਰ ਤੁਸੀਂ ਇਸ ਮੁਤਲਕ ਹੋਰ ਵੀ ਗੱਲਾਂ ਕੀਤੀਆਂ ਨੇ ਕਿ ਸਾਨੂੰ ਆਪਣੀ ਜੋ ਸੋਚ ਹੈ ਕਮਿਊਨਿਜ਼ਮ ਔਰ ਕੈਪੀਟਲਿਜ਼ਮ ਦੇ ਬਾਕੀ ਜਿੰਨੀਆਂ ਵੀ ਗੱਲਾਂ ਨੇ ਆਈਡੀਆਲੋਜੀਜ਼ ਨੇ ਉਹਨੂੰ ਸਾਫ਼ ਕਰਕੇ ਫੱਟੇ ਨੂੰ ਪੂੰਝ ਕੇ ਤੋਂ ਨਵੀਂ ਗੱਲ ਲਿਖਣੀ ਪੈ ਗਈ। ਹੋਰ ਵੀ ਬੜੀ ਗੱਲਾਂ ਨੇ ਜਿਹੜੀ ਅਸੀਂ ਅਗਲੇ ਪ੍ਰੋਗਰਾਮ ਪੇਸ਼ ਕਰਾਂਗੇ।